ਰਸ਼ਨ ਟੈਕਨੀਕ ਜੁੜੀ ਹੈ ਇਹ ਇੱਕ ਐਸਆਈਲ ਰੈਵੋਲੂਸ਼ਨ ਲੈ ਕੇ ਆਈ ਸੀਗੀ ਆ ਆਰਥੋਪੈਡਿਕਸ ਦੇ ਵਿੱਚ ਜਿਸ ਨੇ ਕੀ ਇਲਾਜ ਦਾ ਤਰੀਕਾ ਹੀ ਬਦਲ ਦਿੱਤਾ ਇਹ ਟੈਕਨੀਕ ਐਸੀ ਹੈ ਜਦੇ ਨਾਲ ਕੀ ਅਸੀਂ ਕਿਸੇ ਵੀ ਹੱਡੀ ਨੂੰ ਅਸੀਂ ਲੈਂਥਨ ਕਰ ਸਕਦੇ ਹਾਂ ਉਹਨੂੰ ਉਹਦੇ ਐਂਗਲਸ ਚੇਂਜ ਕਰ ਸਕਦੇ ਹਾਂ ਉਹਦੇ ਅਲਾਈਨਮੈਂਟਸ ਚੇਂਜ ਕਰ ਸਕਦੇ ਹਾਂ ਬੋਨ ਦੀ ਪ੍ਰੋਸੀਜਰ ਤੇ ਲੰਬਾ ਹੈ ਪਰ ਗੱਲ ਇਸ ਰਹੀ ਇਹਦੇ ਵਿੱਚ ਜਿਹੜਾ ਤੁਸੀਂ ਸੋਚੋ ਕਿ 1 ਮਿਲੀਮੀਟਰ ਪਰ ਡੇ ਦੇ हिसाब ਦੇ ਨਾਲ ਬੋਨ ਬਣਾਈ ਜਾਂਦੀ ਹੈ ਉਹ ਹਾਈਟ ਤੇ ਤੁਸੀਂ ਜਿੰਨੀ ਮਰਜ਼ੀ ਵਧਾ ਲਓ ਪਰ ਇਹਦੇ ਵਿੱਚ ਇਹੋ ਹੀ ਦੇਖਣਾ ਹੁੰਦਾ ਕਿ ਬੰਦੇ ਦੀ ਕੰਸਟੀਟਿਊਸ਼ਨ ਕਿਸੀ ਹੈ ਸੋ ਉਸੇ ਹਿਸਾਬ ਦੇ ਨਾਲ ਜਿੰਨਾ ਕਿ ਉਹਦਾ ਢਾੜਾ ਹੈ ਜਿੰਨਾ ਫੇਸ ਹੈ ਉਸ ਹਿਸਾਬ ਨਾਲ ਇੰਨੀ ਕ ਹਾਈਟ ਵਧਾਈ ਦੀ ਹੈ ਕਿ ਉਹ ਬੁਰਾ ਵੀ ਨਾ ਲੱਗੇ ਔਰ ਔਰ ਹਾਈਟ ਠੀਕ-ਠਾਕ ਹੋਏ डी देख रहे तमाम दोस्तों को दीपक भंडारी का नमस्कार हमारे विशेष कार्यक्रम आपकी सेहत में आपका स्वागत है आज हम आपकी मुलाकात एक ऐसे डॉक्टर से करवाएंगे जिन्होंने कई साल पहले रशियन टेक्निक से मरीजों का इलाज शुरू करना शुरू किया था ये ऑर्थोपेडिक सर्जन है ये मरीजों की हाइट भी बढ़ा देते थे और ये रशियन टेक्निक क्या है अब अब आपको ये भी बता दें ये जो इलाज है रशियन टेक्निक से ई एम सी सुपर स्पेशलिटी हॉस्पिटल है वहां पर भी ये इलाज शुरू हो चुका है और इन्होंने जो, जो हमारे साथ हैं आज डॉक्टर अजय अब्रोल ये चीफ ऑर्थोपैडिक सर्जन है ई सी हॉस्पिटल ऑफ ग्रुप्स के इनसे बात करते हैं कि ये रशियन टेक्निक क्या है और ये कब से इस टेक्निक से मरीजों का इलाज कर रहे हैं डॉक्टर साहब नमस्कार जी पहले नुश्कार तो नुश्कार नुश्कार नुश्कार। सारे डी फोर न्यूज चैनल स्वागत है डॉक्टर साहब नमस्कार जी सारे थैंक यू कि मैं को लाए आए दीपक जी ਰੋਸ਼ਾ ਰਸ਼ੀਅਨ ਟੈਕਨੀਕ ਤੁਸੀਂ ਕਈ ਸਾਲ ਪਹਿਲੇ ਸ਼ੁਰੂ ਕੀਤੀ ਸੀ ਕਿਆ ਰਸ਼ੀਅਨ ਟੈਕਨੀਕ ਹੈ ਕਿਆ ਬੇਸਿਕਲੀ ਤੇ ਕਿਸ ਤਰ੍ਹਾਂ ਇਹਦੇ ਨਾਲ ਡਿਫਰੈਂਟ ਕਿਸ ਤਰ੍ਹਾਂ ਦੂਸਰੀ ਟੈਕਨੀਕਸ ਨਾਲ ਦੇਖੋ ਇਸ ਤਰ੍ਹਾਂ ਕੀ ਰਸ਼ੀਅਨ ਟੈਕਨੀਕ ਜੜੀ ਹੈ ਇਹ ਇੱਕ ਐਸੀ ਰੈਵੋਲੂਸ਼ਨ ਲੈ ਕੇ ਆਈ ਸੀਗੀ ਆਰਥੋਪੈਡਿਕਸ ਦੇ ਵਿੱਚ ਜਿੰਨੇ ਕੀ ਇਲਾਜ ਦਾ ਤਰੀਕਾ ਹੀ ਬਦਲ ਦਿੱਤਾ ਔਰ ਇਹ ਟੈਕਨੀਕ ਜਿਹੜੀ ਹੈ ਯੂਰਪ ਦੇ ਵਿੱਚ ਰਸ਼ੀਆ ਦੇ ਵਿੱਚ ਸ਼ੁਰੂ ਹੋਈ ਸੀਗੀ 50 60ਸ ਦੇ ਵਿੱਚ ਔਰ ਇੰਡੀਆ ਦੇ ਵਿੱਚ ਹੈ ਲੇਟ 80ਸ ਔਰ 90ਸ ਚ ਆਈ ਸੀਗੀ ਔਰ ਮੈਂ ਤੇ ਟੈਕਨਿਕ ਲੈ ਕੇ ਆਇਆ ਸੀਗਾ ਇਨ 95 ਔਰ ਇਹ ਟੈਕਨਿਕ ਜਿਹੜੀ ਹੈ ਉਹ ਬੇਸਿਕਲੀ ਬਣੀ ਸੀਗੀ ਕਿ ਜੜੀਆਂ ਜੜੀਆਂ ਕ੍ਰਸ਼ ਇੰਜਰੀਜ਼ ਹੁੰਦੀਆਂ ਨੇ ਮਤਲਬ ਬੋਨ ਦੇ ਜਾਂ ਜ਼ਖਮ ਜਿਹੜੇ ਇਹਨੇ ਕ੍ਰਸ਼ ਹੋ ਜਾਂਦੇ ਨੇ ਕਿ ਉਹਨੂੰ ਦੁਬਾਰਾ ਅੰਗ ਨੂੰ ਬਚਾਇਆ ਕਿੱਦਾਂ ਜਾ ਸਕਦਾ ਇਥੋਂ ਸ਼ੁਰੂ ਹੋਈ ਸੀ ਕਿ ਸੈਕੰਡ ਵਰਡ ਵਾਰ ਦੇ ਵਿੱਚ ਜਦੋਂ ਜਿਹੜੇ ਫੌਜੀ ਜਦੋਂ ਲੜਾਈ ਦੇ ਉੱਤੇ ਜਾਂਦੇ ਸੀਗੇ ਔਰ ਉਹ ਕੋਈ ਮਾਈਨ ਬਲਾਸਟ ਇੰਜਰੀ ਹੋ ਗਈ ਕੋਈ ਗਨ ਸ਼ਾਟ ਇੰਜਰੀਜ਼ ਹੋ ਗਈਆਂ ਜਿਹਦੇ ਵਿੱਚ ਕਿ ਜਿਹੜਿਆਂ ਕਦੇ-ਕਦੀ ਅੰਗ ਨੂੰ ਕੱਟਣਾ ਵੀ ਪੈਂਦਾ ਸੀਗਾ ਔਰ ਉਸ ਟੈਕਨੀਕ ਦੇ ਆਉਣ ਦੇ ਕਰਕੇ ਉਹ ਦੁਬਾਰਾ ਵਾਪਸ ਉਹਨਾਂ ਨੂੰ ਲੜਨ ਦੇ ਲਈ ਭੇਜਦੇ ਸੀਗੇ ਇਸ ਆਪਰੇਸ਼ਨ ਤੋਂ ਬਾਅਦ ਮਤਲਬ ਕ੍ਰਸ਼ ਹੋਈਆਂ ਬੋਨਸ ਨੂੰ ਹੱਡੀਆਂ ਨੂੰ ਵੀ ਤੁਸੀਂ ਇਸ ਟੈਕਨੀਕ ਨਾਲ ਠੀਕ ਕਰਕੇ ਤੇ ਇਸ ਕਦਰ ਉਹ ਫਿੱਟ ਹੋ ਜਾਂਦੇ ਸੀਗੇ ਕਿ ਬਈ ਉਹ ਦੁਬਾਰਾ ਬਿਲਕੁਲ ਜੰਗ ਚਲੇ ਜਾਂਦੇ ਸੀਗੇ ਬਿਲਕੁਲ ਪਰ ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਵੀ ਕ੍ਰਸ਼ ਇੰਜਰੀਜ਼ ਹੁੰਦੀਆਂ ਨੇ ਜਾਂ ਜਦੋਂ ਬਾਈਨ ਬਲਾਸਟ ਇੰਜਰੀ ਜਾਂ ਗਨ ਸ਼ਾਟ ਇੰਜਰੀਜ਼ ਉਦੋਂ ਕੀ ਕੀਤਾ ਜਾਂਦਾ ਸੀਗਾ ਕਿ ਅੰਗ ਨੂੰ ਕੱਟ ਦਿੱਤਾ ਜਾਂਦਾ ਸੀ ਸੋ ਕੱਟੇ ਅੰਗ ਦੇ ਨਾਲ ਤੇ ਫਿਰ ਬੰਦਾ ਅਪਾਹਜ ਪਰਮਨੈਂਟਲੀ ਹੋ ਜਾਂਦਾ ਸੋ ਉਹਨੂੰ ਬਚਾਇਆ ਕਿੱਦਾਂ ਜਾ ਸਕੇ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਅੱਛਾ ਤੁਸੀਂ ਇਹ ਕਰੀ ਤਰੀਕ ਤੁਹਾਨੂੰ ਅੱਜ ਅਸੀਂ ਗੱਲ ਕੀਤੀ ਸੀ 95 ਦੀ ਗੱਲ ਕੀਤੀ 27 ਸਾਲ ਹੋ ਗਏ ਤੁਸੀਂ ਇਸ ਟੈਕਨੀਕ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ ਹਾਂਜੀ ਇਸ ਟੈਕਨੀਕ ਨਾਲ ਆਲਰੇਡੀ 4000 ਤੋਂ ਉੱਤੇ ਆਪਰੇਸ਼ਨ ਕਰ ਚੁੱਕੇ ਆ ਅਸੀਂ ਔਰ ਇਹਦੇ ਵਿੱਚ ਕਈ ਤਰ੍ਹਾਂ ਦੇ ਆਪਰੇਸ਼ਨ ਨੇ ਜਿਹੜੇ ਅਸੀਂ ਕੀਤੇ ਨੇ ਅੱਛਾ ਡਾਕਟਰ ਸਾਹਿਬ ਅਸੀਂ EMC ਹਸਪੀਟਲ ਚ ਤੁਸੀਂ ਇੱਕ ਆਰਥੋਪੈਡਿਕਸ ਡਿਪਾਰਟਮੈਂਟ ਤਾਂ ਖੈਰ ਪਹਿਲੇ ਸੀਗਾ ਹੁਣ ਤੁਸੀਂ ਇੱਕ ਨਵਾਂ ਸਟੈਬਲਿਸ਼ ਕੀਤਾ ਹੈ ਇਹਦੇ ਵਿੱਚ ਤੇ ਤੁਸੀਂ ਇਹਦੇ ਵਿੱਚ ਕੀ ਕਰਨ ਜਾ ਰਹੇ ਹੋ ਇਸ ਡਿਪਾਰਟਮੈਂਟ ਚ ਕੀ 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 ਖਾਸ ਹੋਏਗਾ ਦੇਚ ਦੇਖੋ ਇੱਥੇ ਮੈਂ ਐਜ਼ ਅ ਡਾਇਰੈਕਟਰ ਐਂਡ ਹੈੱਡ ਆਫ ਡਿਪਾਰਟਮੈਂਟ ਮੈਨੂੰ ਲਿਆ ਗਿਆ ਹੈ ਤਾਂ ਕਿ ਅਸੀਂ ਜੜੀਆਂ ਰੀਕਨਸਟਰਕਟਿਵ ਸਰਜਰੀਜ਼ ਨੇ ਜੜੇ ਕਿ ਨੈਕਸਟ ਸਟੈਪ ਜਿਹੜਾ ਜਿਹਨੂੰ ਕਿਹਾ ਜਾਂਦਾ ਅੱਛਾ ਸਰ ਰੀਕਨਸਟਰਕਟਿਵ ਉਹ ਸਰਜਰੀਆਂ ਹੁੰਦੀਆਂ ਜਿਹੜੀਆਂ ਪਹਿਲੇ ਸਰਜਰੀਆਂ ਹੋ ਜਾਂਦੀਆਂ ਤੇ ਉਹਦੇ ਚ ਠੀਕ ਨਹੀਂ ਹੁੰਦੇ ਰੀਕਨਸਟਰਕਟਿਵ ਕਿਹਨੂੰ ਕਹਿੰਦੇ ਅਸੀਂ ਇਹਦਾ ਮਤਲਬ ਹੈ ਹੁੰਦਾ ਕਿ ਕੋਈ ਵੀ ਚੀਜ਼ ਜਿਹੜੀ ਕਿ ਆਪਣੀ ਨਾਰਮਲ ਕੰਡੀਸ਼ਨ ਗਵਾ ਚੁੱਕੀ ਹੈ ਉਹਨੂੰ ਦੁਬਾਰਾ ਤੋਂ ਉਸੇ ਕੰਡੀਸ਼ਨ ਦੇ ਵਿੱਚ ਲੈ ਕੇ ਆਣਾ ਸਰ ਉਹ ਦੋ 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 ਸਵਾਲ ਮੈਂ ਜਾਨਣਾ ਚਾਹਾਂਗਾ ਜੀ ਰੀਕਨਸਟਰਕਟਿਵ ਇਕਤਾ ਹੋ ਗਿਆ ਨਾ ਜੀ ਪਹਿਲੇ ਆਪਰੇਸ਼ਨ ਹੋਇਆ ਉਹ ਠੀਕ ਨਹੀਂ ਹੋਇਆ ਕੋਈ ਵੀ ਰੀਜ਼ਨ ਰਿਹਾ ਹੋਵੇ ਉਹਨੂੰ ਰੀਕਨਸਟਰਕਟਿਵ ਕਹਿੰਦੇ ਆ ਉਹ ਵੀ ਉਹ ਵੀ ਉਹਦੇ ਵਿੱਚ ਹੀ ਆਉਂਦਾ ਹੈ ਕਿ ਜਦੋਂ ਕਦੇ ਵੀ ਆਪਰੇਸ਼ਨ ਹੁੰਦਾ ਹੈ ਉਹਦੇ ਵਿੱਚ ਹੱਡੀ ਜਾਂ ਤੇ ਜੁੜੀ ਨਹੀਂ ਹੈ ਜਾਂ ਵਿੰਗੀ ਟੱਡੀ ਜੁੜ ਗਈ ਹੈ ਜਾਂ ਲੱਤ ਛੋਟੀ ਰਹਿ ਗਈ ਹੈ ਸੋ ਇਹ ਵੀ ਉਹਦੇ ਵਿੱਚ ਹੀ ਆਉਂਦਾ ਕਿ ਉਹਨੂੰ ਦੁਬਾਰਾ ਅੰਗ ਨੂੰ ਉਸੇ ਤਰੀਕੇ ਦਾ ਬਣਾਇਆ ਜਾਏ ਤਾਂ ਕਿ ਉਹ ਨਾਰਮਲ ਬੰਦਾ ਚੁੱਕੇ। ਓਕੇ। ਮਤਲਬ ਤੁਸੀਂ ਇਹ ਡਿਫਰੈਂਸ ਹੋਏਗਾ ਇਹ ਵਾਲਾ ਡਿਪਾਰਟਮੈਂਟ ਜਿਹੜਾ ਤੁਸੀਂ ਟ੍ਰੇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਵਿੱਚ ਤੁਸੀਂ ਕੀ ਸਪੈਸ਼ਲ ਕਰੋਗੇ? ਦੇਖੋ ਆ ਆਰਥੋਪੈਡਿਕਸ ਜਿਹੜਾ ਜਿਹੜੀ ਡਿਪਾਰਟਮੈਂਟ ਹੈ ਇੱਥੇ ਉਹ ਇੱਕ ਫੁੱਲ ਫਲੇਜਡ ਆਰਥੋਪੈਡਿਕਸ ਡਿਪਾਰਟਮੈਂਟ ਹੋਵੇਗੀ ਜਿਹਦੇ ਵਿੱਚ ਟੋਟਲ ਜਿਹੜਾ ਰਿਪਲੇਸਮੈਂਟ ਸਰਜਰੀਜ਼ ਕੰਪਲੀਟ ਉਹ ਨੀਰ ਰਿਪਲੇਸਮੈਂਟ, ਹਿਪ ਰਿਪਲੇਸਮੈਂਟ, ਸ਼ੋਲਡਰ ਰਿਪਲੇਸਮੈਂਟ, ਐਲਬੋ ਰਿਪਲੇਸਮੈਂਟਸ ਸਾਰੀਆਂ ਟੋਟਲ ਹੋਣਗੀਆਂ ਉਸੇ ਤਰ੍ਹਾਂ। ਜਿਹੜਾ ਟੋਮਾ ਮੈਨੇਜਮੈਂਟ ਹੈ ਉਸੇ ਤਰ੍ਹਾਂ ਨਾਲ ਹੀ ਇੱਕ ਡਿਪਾਰਟਮੈਂਟ ਵੱਖਰੀ ਹੋਏਗੀ ਔਰ ਇਹਦੇ ਵਿੱਚ ਜਿਹੜਾ ਇੱਕ ਡਿਪਾਰਟ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਕਈ ਹੱਡੀਆਂ ਜੁੜਦੀ ਹੀ ਨਹੀਂ ਹੈ ਹੂੰ ਸੋ ਉਹ ਚੀਜ਼ਾਂ ਜਿਹੜੀਆਂ ਨੇ ਜਾਂ ਇਨਫੈਕਸ਼ਨ ਕਰਕੇ ਗਲ ਜਾਂਦੀ ਹੈ ਹੱਡੀ ਔਰ ਉਹ ਹੱਡੀ ਦਾ ਪਾਰਟ ਨੂੰ ਕੱਟ ਕੇ ਸੁੱਟਣਾ ਪੈਂਦਾ ਸਾਨੂੰ ਸੋ ਜਾਇ ਕਿ ਉਹਨੂੰ ਅਸੀਂ ਅੰਗ ਨੂੰ ਹੀ ਕੱਟਦੀ ਹੈ ਅਸੀਂ ਉਸ ਨਵੀਂ ਹੱਡੀ ਬਣਾਈ ਜਾਏਗੀ ਉਹਦੇ ਵਿੱਚ ਤਾਂ ਕਿ ਉਹ ਜਿਹੜਾ ਅੰਗ ਬਚਾਇਆ ਜਾ ਸਕੇ ਦਰਸ਼ਕ ਮੈਂ ਇਹ ਚਮਗਾ ਥੋੜਾ ਜਿਹਾ ਇਸ ਟੈਕਨੀਕ ਬਾਰੇ ਜਿਹਦੇ ਤੁਸੀਂ ਦੱਸਿਆ ਵੀ ਰਸ਼ੀਅਨ ਟੈਕਨੀਕ ਸਾ ਇਹ ਹੁੰਦਾ ਕੀ ਹੈ ਜਿਸ ਤਰ੍ਹਾਂ ਤੁਸੀਂ ਇਹਨੂੰ ਕਿਆ ਕਰਦੇ ਹੋ 왓 ਇਜ਼ 댓 ਇਹ ਕੋਈ ਸਪੈਸ਼ਲ ਇਨਸਟਰੂਮੈਂਟ ਵੀ ਇਹਦੇ ਲਈ ਅਲੱਗ ਹੁੰਦੇ ਆ ਦੇਖੋ ਇਹ ਤੇ ਸਾਰੀ ਚੀਜ਼ਾਂ ਪਹਿਲੇ ਦੇਖੋ ਜਿਵੇਂ ਤੁਸੀਂ ਕਹਿਆ ਵੀ ਮੈਂ ਰਿਪਲੇਸ ਜੋਇੰਟ ਰਿਪਲੇਸ ਕਰੂੰਗਾ ਤੇ ਇੱਥੇ ਦੇਖੋ ਬਹੁਤ ਸਾਰੇ ਲੋਕ ਕਰ ਰਹੇ ਆ ਤੇ ਰਸ਼ੀਅਨ ਟੈਕਨੀਕ ਜਿਹੜੀ ਹੈ ਇਹਦੇ ਵਿੱਚ ਕੀ ਖਾਸੀਅਤ ਹੈ ਜੀ ਦੇਖੋ ਰਸ਼ੀਅਨ ਟੈਕਨੀਕ ਕੋਈ ਖਾਸ ਨਾ ਇਕਪਮੈਂਟ ਚਾਹੀਦਾ ਨਹੀਂ ਅਸੀਂ ਇਲਿਸਰੋਵ ਟੈਕਨੀਕ ਕਹ ਲਈਏ ਇਹ ਟੈਕਨੀਕ ਐਸੀ ਹੈ ਜਿਹਦੇ ਨਾਲ ਕਿ ਅਸੀਂ ਕਿਸੇ ਵੀ ਹ ਅਸੀਂ ਲੈਂਥਨ ਕਰ ਸਕਦੇ ਹਾਂ ਉਹਨੂੰ ਉਹਦੇ ਐਂਗਲਸ ਚੇਂਜ ਕਰ ਸਕਦੇ ਹਾਂ ਉਹਦੇ ਅਲਾਈਨਮੈਂਟਸ ਚੇਂਜ ਕਰ ਸਕਦੇ ਹਾਂ ਬੋਨ ਦੀ ਸੋ ਐਸ ਜੋ ਵੀ ਚੀਜ਼ਾਂ ਮੈਂ ਕਹਿ ਰਿਹਾ ਹਾਂ ਇਹ ਹਰ ਚੀਜ਼ ਜਿਹੜੀ ਹੈ ਇਹ ਟਰਾਮਾ ਦੇ ਵਿੱਚ ਵੀ ਕੰਮ ਆਉਂਦੀ ਹੈ ਇਨਫੈਕਟ ਜਿਹੜੇ ਜੋੜ ਬਦਲੇ ਜਾਂਦੇ ਆ ਹੁਣ ਜ਼ਰੂਰੀ ਨਹੀਂ ਕਿ ਜੋੜ ਹਰ ਇੱਕ ਦੇ ਵਿੱਚ ਜੋੜ ਹੀ ਬਦਲਿਆ ਜਾਣਾ ਜੀ ਜੋੜ ਉੱਥੇ ਹੀ ਬਦਲਿਆ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਕਿ ਥੋੜੀ 올ਡ ਏਜ ਹੋ ਗਈ ਹੈ ਔਰ ਜਿਹਦੇ ਵਿੱਚ ਯੰਗ ਏਜ ਦੇ ਵਿੱਚ ਅਗਰ ਜੋਇੰਟਸ ਖਰਾਬ ਹੋ ਜਾਂਦੇ ਨੇ ਉਹਦੇ ਵਿੱਚ ਅਸੀਂ ਰੀਅਲਾਈਨ ਕਰ ਦਿੰਦੇ ਆ ਉਹਨੂੰ ਜੋਇੰਟ ਨੂੰ ਤਾਂ ਕਿ ਜਿਹੜਾ ਉਹਦਾ weight bearing ਹੈ ਜਿਹੜੀ ਭਾਰ ਪੈ ਰਿਹਾ ਜਿਹੜਾ ਜੋੜ ਦੇ ਵਿੱਚ weight bearing axis ਉਹਦੀ ਚੇਂਜ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਇੱਕ ਜਿਹੜਾ ਪਾਰਟ ਉਹਦਾ ਡੈਮੇਜ ਹੋ ਰਿਹਾ ਉਧਰਲੇ ਪਾਸੇ ਵੇਟ ਹੀ ਨਾ ਜਾਏ ਮਤਲਬ ਇਨ ਅਦਰ ਵਰਡ ਅਲਾਈਨਮੈਂਟ ਥੋੜੀ ਠੀਕ ਕਰ ਦਿੰਦੇ ਹੋ ਹਾਂਜੀ ਬਿਲਕੁਲ ਅਲਾਈਨਮੈਂਟ ਕੀਤੀ ਜਾਂਦੀ ਹੈ ਤੇ ਰੋਸ਼ਮ ਜਿਵੇਂ ਟਰੋਮਾ ਕਾਫੀ ਵਧ ਗਿਆ ਪਹਿਲੇ ਸੀਗੀਆਂ ਨੈਰੋ ਰੋਡਸ ਹੁੰਦੀਆਂ ਸੀਗੀਆਂ ਦੇਖੋ ਰੋਡਸ ਨਵੀਆਂ ਬਣੀਆਂ ਲੋਕ ਹਾਈ ਸਪੀਡ ਤੇ ਕਿਡੀਆਂ ਦੌੜਾਉਂਦੇ ਨੇ ਤੇ ਐਕਸੀਡੈਂਟਸ ਹੁੰਦੇ ਨੇ ਟਰੋਮਾ ਬਹੁਤ ਵਧ ਗਿਆ ਤੇ ਤੁਹਾਡੀ ਕਈ ਐਸੀ ਇੰਜਰੀਜ਼ ਹੁੰਦੀਆਂ ਬਹੁਤ ਕ੍ਰਸ਼ ਹੋ ਚੁੱਕੇ ਹੁੰਦਾ ਤੇ ਤੁਹਾਡੀ ਟੈਕਨੀਕ ਜਿਹੜੀ ਹੈ ਇਹ ਉਹਨਾਂ ਪੇਸ਼ੈਂਟਸ ਲਈ ਕਿੰਨੇ ਕੁ ਫਾਇਦੇਮੰਦ ਹੈ ਹਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚ ਕਿਉਂਕਿ ਜਿੰਨਾ ਜਿੰਨੀਆਂ ਰੋਡਸ ਬੈਟਰ ਹੁੰਦੀਆਂ ਜਾਣਗੀਆਂ ਉਹਨਾਂ ਹੀ ਹਾਈ ਵੈਲੋਸਿਟੀ ਟਰਾਮਾ ਆਏਗਾ ਤੁਹਾਡਾ ਜਿੰਨਾ ਹਾਈ ਵੈਲੋਸਿਟੀ ਟਰਾਮਾ ਆਏਗਾ ਵੈਸੇ ਤੇ ਜਨਰਲੀ ਹਾਈ ਵੈਲੋਸਿਟੀ ਟਰਾਮਾ ਤੋਂ ਬਾਅਦ ਜਿਹੜਾ ਉਹ ਅਗਰ ਬੰਦਾ ਬਚ ਜਾਂਦਾ ਹੈ ਉਸ ਤੋਂ ਬਾਅਦ ਹੁੰਦਾ ਕਿ ਉਹਦੇ ਸਾਰੇ ਅੰਗ ਨੂੰ ਵਾਪਸ ਰਿਸਟੋਰ ਕੀਤਾ ਜਾਏ ਤਾਂ ਕਿ ਉਹ ਆਪਣੀ ਲਾਈਫ ਨਾਰਮਲ ਲੀਡ ਕਰ ਸਕੇ ਟਰਾਮਾ ਤੋਂ ਬਾਅਦ ਦੀ ਹੁਣ ਇਹਦੇ ਵਿੱਚ ਜਿਵੇਂ ਸਪੋਜ਼ ਕਰੋ ਕਿ ਕੋਈ ਐਕਸੀਡੈਂਟ ਹੁੰਦਾ ਕੋਈ ਹਾਈ ਵੈਲੋਸਿਟੀ ਟਰਾਮਾ ਹੁੰਦਾ ਜਿਹਦੇ ਵਿੱਚ ਬੋਨ ਕ੍ਰਸ਼ ਹੋ ਗਈ ਹੈ ਉਤੋਂ ਦਾ ਮਾਸ ਵੀ ਉੱਡ ਗਿਆ ਲੱਤ ਜੜੀ ਹੈ ਇੱਕ ਕਿਸਮ ਦੀ ਡੈਡੀ ਮੰਨੀ ਜਾ ਰਹੀ ਹੈ ਸੋ ਇਹਦੇ ਵਿੱਚ ਇੱਕ ਕੰਬੀਨੇਸ਼ਨ ਹੁੰਦਾ ਜਿਹੜੀ ਇਹ ਡਿਪਾਰਟਮੈਂਟ ਆਲਰੇਡੀ ਕ੍ਰੀਏਟ ਕਰ ਦਿੱਤੀ ਅਸੀਂ ਕਿ ਉਹਦੇ ਵਿੱਚ ਜਿਹੜੇ ਮਾਈਕਰੋ ਵੈਸਕੂਲਰ ਸਰਜਨ ਨੇ ਨਾਲ ਆਰਥੋਪੈਡਿਕ ਸਰਜਨਸ ਇਲਿਜ਼ਰੋਵ ਸਰਜਨਸ ਸਾਰੇ ਮਿਲ ਕੇ ਉਹ ਜਿਹੜੇ ਉਹਦਾ ਖੂਨ ਦਾ ਦੌਰਾ ਉਹਨੂੰ ਦੁਬਾਰਾ ਤੋਂ ਜਿਹੜਾ ਰਿਵਾਈਵ ਕਰਦੇ ਨੇ ਉਹਨੂੰ ਦੁਬਾਰਾ ਨਾੜੀਆਂ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉੱਤੇ ਉੱਤੇ ਮਾਸ ਜਿਹੜਾ ਹੈ ਉਹ ਦੂਜੀ ਜਗ੍ਹਾ ਤੋਂ ਲੈ ਕੇ ਮੋਟਾ ਮਾਸ ਜਿਹੜਾ ਮਸਲਸ ਨੇ ਉਹਨੂੰ ਯੂਜ਼ ਕੀਤਾ ਜਾਂਦਾ ਉਹਦੇ ਉੱਤੇ ਫਲੈਪਸ ਵਾਂਗੂ ਉਹਦੇ ਉੱਤੇ ਜੀ ਜਦੋਂ ਇਹ ਸਭ ਕੁਝ ਰਿਸਟੋਰ ਹੋ ਗਿਆ ਮਤਲਬ ਕਿ ਤੁਹਾਡੇ ਜਿਹੜਾ ਕ੍ਰਸ਼ਿੰਗ ਜਿਹੜਾ ਪਾਰਟ ਆ ਉਸ ਤੋਂ ਐਂਡ ਵਾਲੇ ਹਿੱਸੇ ਦੇ ਵਿੱਚ ਖੂਨ ਜਾ ਰਿਹਾ ਹੁਣ ਹੁਣ ਆ ਗਿਆ ਕਿ ਉਹਦੇ ਵਿੱਚ ਹੱਡੀ ਕਿਦਾਂ ਲਿਆਂਦੀ ਜਾਏ ਹੁਣ ਉਹਦੇ ਵਿੱਚ ਇਹ ਰੈਸ਼ਨ ਟੈਕਨੀਕ ਕਾਮਾਂਦੀ ਹੈ ਕਿ ਉਸ ਜਗਤ ਉਤੇ ਨਵੀਂ ਬੋਨ ਬਣਾਈ ਜਾਂਦੀ ਹੈ ਤਾਂ ਕਿ ਉਹ ਜਿਹੜਾ ਪਾਰਟ ਹੈ ਜਿਹੜਾ ਗੈਪ ਹੈ ਉਹਨੂੰ ਕਵਰ ਕੀਤਾ ਜਾਏ ਪਰ ਤਾਂ ਕਿ ਉਹ ਐਂਡ ਵਾਲੇ ਪਾਰਟ ਦੇ ਨਾਲ ਉਹ ਜੁੜ ਜਾਂਦੀ ਹੈ ਔਰ ਇੱਕ ਨਵਾਂ ਅੰਗ ਉਹਦਾ ਤਿਆਰ ਹੋ ਜਾਂਦਾ ਦੁਬਾਰਾ ਅੱਛਾ ਡਾਕਟਰ ਜਿਹੜਾ ਬੋਨ ਬਣਾਉਣ ਵਾਲਾ ਪ੍ਰੋਸੀਜਰ ਹੈ ਇਹ ਕਾਫੀ ਲੰਬਾ ਔਰ ਕਾਫੀ ਕਾਸਟਲੀ ਹੋਣਾ ਇਹ ਦਰਸ਼ਕਾਂ ਦਾ ਸਵਾਲ ਹੋਏਗਾ ਹੈ ਹਾਂਜੀ ਹਾਂਜੀ ਬਿਲਕੁਲ ਲੈ ਪ੍ਰੋਸੀਜਰ ਤੇ ਲੰਬਾ ਹੈ ਪਰ ਗੱਲ ਇਸ ਤਰ੍ਹਾਂ ਕੀ ਇਹਦੇ ਵਿੱਚ ਜਿਹੜਾ ਤੁਸੀਂ ਸੋਚੋ ਕਿ 1 ਮਿਲੀਮੀਟਰ ਪਰ ਡੇ ਦੇ حساب ਦੇ ਨਾਲ ਬੋਨ ਬਣਾਈ ਜਾਂਦੀ ਹੈ ਓਕੇ ਮਤਲਬ ਬਹੁਤ ਜੰਦੀ ਪਰ ਇੱਕ ਇੱਕ ਹਾਂ ਇੱਕ ਦਿਨ ਚ 1 ਮਿਲੀਮੀਟਰ ਰਾਈਟ ਸੋ ਅ ਅਗਰ ਅਹੀ ਗੱਲ ਕਰੀਏ ਕਿਸੇ ਦੀ 10 ਸੈਂਟੀਮੀਟਰ ਹੱਡੀ ਚਲੀ ਗਈ ਹੈ ਹਮ ਸੋ ਉਹ ਤੁਸੀਂ ਆਪਣੇ ਆਪ ਸਾਬ ਲਾ ਲੋ ਕਿ 10 ਮਤਲਬ 100 ਡੇਸ ਹੋ ਗਏ ਸੋ ਅ ਇਹਦੇ ਵਿੱਚ ਇੱਕ ਪਾਸੇ ਤੁਹਾਡੇ ਕੋਲ ਹੈ ਆਪਸ਼ਨ ਕਿ ਮੈਂ ਲੱਤ ਕਟਾ ਲਾਂ ਓਕੇ ਦੂਸਰੀ ਪਾਸੇ ਆਪਸ਼ਨ ਹੈ ਕਿ ਮੈਂ ਥੋੜਾ ਵੇਟ ਕਰਾਂ ਬਚਾਉਣ ਦੀ ਕੋਸ਼ਿਸ਼ ਕਰਾਂ ਕਿ ਇਹਨੂੰ ਮੈਂ ਬਚਾ ਲਾਂ ਰਾਈਟ ਠੀਕ ਹੈ ਨਾ ਸੋ ਸਾਡੀ ਵੀ ਕੋਸ਼ਿਸ਼ ਆਹੀ ਰਹੇਗੀ ਕਿ ਅੰਗ ਨੂੰ ਕਿਸੇ ਵੀ ਤਰੀਕੇ ਨਾਲ ਬਚਾਇਆ ਜਾ ਸਕੇ ਬੜੀ ਬੜੀ ਗੱਲ ਹੈ ਨਾ ਸਰ ਇਥੇ ਨਾ ਸਰ ਕਈ ਐਸੇ ਪੇਸ਼ੈਂਟਸ ਅਸੀਂ ਦੇਖਦੇ ਆਂ ਕਿ ਸਾਲੋਂ ਸਾਲ ਉਹਨਾਂ ਦੀਆਂ ਹੱਡੀਆਂ ਨਹੀਂ ਜੁੜਦੀਆਂ ਪਹਿਲੀ ਗੱਲ ਤੇ ਇਹਦਾ ਕਾਰਨ ਕੀ ਹੈ ਜਾਂ ਉਹਦੇ ਜੋੜ ਦੇਖੋ ਜੋੜ ਨਾ ਜੁੜਨ ਕਰਕੇ ਕਈ ਕਈ ਵਾਰ ਦੇਖਦੇ ਆਂ ਉਹਦੀ ਬਾਹਾਂ ਟੇਢੀ ਜੁੜ ਗਈਆਂ ਲੱਤ ਟੇਢੀ ਜੁੜ ਗਈ ਤੇ ਉਹ ਆਜੀਵਨ ਉਹਨਾਂ ਨੂੰ ਅਪਾਹਜ ਰਹਿਣਾ ਪੈਂਦਾ ਇਹਦੇ ਕਾਰਨ ਕੀ ਹੈ ਤੇ ਕਿਆ ਤੁਹਾਡੀ ਜਿਹੜੀ ਟੈਕਨੀਕ ਹੈ ਕਿ ਉਹਨਾਂ ਕਿਸੇ ਦੇ ਵਿੱਚ ਵੀ ਫਾਇਦੇਮੰਦ ਹੈ ਅ ਬਿਲਕੁਲ ਦੀਪਕ ਜੀ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਜਿਹੜੀ ਤੁਸੀਂ ਚੀਜ਼ ਜਿਹੜੀ ਗੱਲ ਕੀਤੀ ਹੈ ਕਿ ਹੱਡੀ ਜੋੜ ਨਹੀਂ ਰਹੀ ਉਹਦੇ ਕਈ ਕਾਰਨ ਹੋ ਸਕਦੇ ਪਹਿਲਾ ਕਾਰਨ ਇਹ ਹੋ ਸਕਦਾ ਕਿ ਜਦੋਂ ਸੱਟ ਲੱਗੀ ਹੈ ਉਦੋਂ ਉਸ ਏਰੀਆ ਦੀ ਖੂਨ ਦਾ ਦੋਰਾ ਕਾਫੀ ਡੈਮੇਜ ਹੋਇਆ ਬਲੱਡ ਸਪਲਾਈ ਡੈਮੇਜ ਹੋਈ ਜੀ ਦੂਸਰਾ ਹੈਗਾ ਕਿ ਉਹ ਇੱਕ ਓਪਨ ਇੰਜਰੀ ਸੀਗੀ ਜਿਹਦੇ ਕਰਕੇ ਉੱਥੇ ਉਸ ਏਰੀਆ 'ਚ ਇਨਫੈਕਸ਼ਨ ਹੋ ਗਿਆ ਜੀ ਤੀਸਰਾ ਕਾਰਨ ਵੀ ਹੋ ਸਕਦਾ ਹੈ ਜਿਹਦੇ ਵਿੱਚ ਕੀ ਜਿਹੜਾ ਸਰਜਿਕਲ ਕੀ ਕੋਈ ਤੁਸੀਂ ਉਦੋਂ ਤੋਂ ਆਪਰੇਸ਼ਨ ਕੀਤਾ ਜਿਹੜਾ ਕਿ ਕਾਮਯਾਬ ਨਹੀਂ ਹੋ ਸਕਿਆ ਸੋ ਇਹ ਕੁਝ ਕਾਰਨ ਨੇ ਜਿਹਦੇ ਕਰਕੇ ਹੱਡੀ ਨਹੀਂ ਜੁੜਦੀ ਨਹੀਂ ਸਰ ਇਹ ਤਾਂ ਕਾਰਨ ਹੋ ਗਏ ਬਟ ਸਰ ਕੀ ਹੁਣ ਇਹਦੇ ਵਿੱਚ ਹਾਂਜੀ ਉਹ ਟੈਕਨੀਕ ਜੜੀ ਹੁਣਾਂ ਜੀ ਜੀ ਹੁਣ ਇਹਦੇ ਵਿੱਚ ਟੈਕਨੀਕ ਜੜੀ ਜਿਹੜੀ ਬੜੀ ਧੇਰ ਤੋਂ ਹੱਡੀਆਂ ਜੋੜੀ ਨਹੀਂ ਰਹੀਆਂ ਉਹਦੇ ਵਿੱਚ ਜੇ ਸੁਪੋਜ਼ ਕਰੋ ਉਹਦਾ ਖੂਨ ਦਾ ਦੌਰਾ ਐਂਡ ਜਿਹੜਾ ਬੋਨ ਜਿੰਨਾ ਨੇ ਜੁੜਨਾ ਹੈ ਅਗਰ ਉਸ ਹਿੱਸੇ ਦਾ ਖੂਨ ਦਾ ਦੌਰਾ ਹੀ ਠੀਕ ਨਹੀਂ ਹੈਗਾ ਜਾਂ ਉਸ ਏਰੀਆ ਦੇ ਵਿੱਚ ਇਨਫੈਕਸ਼ਨ ਹੈ ਤਾਂ ਬੋਨ ਕਦੀ ਵੀ ਜੋੜ ਨਹੀਂ ਪਾਏਗਾ ओके सो ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਜਿਹੜੇ ਇਹ ਵਾਲਾ ਜਿਹੜਾ ਪਾਰਟ ਹੁੰਦਾ ਜਿਹੜਾ ਡੈੱਡ ਪਾਰਟ ਹੁੰਦਾ ਹੈ ਜੀ ਉਸ ਚੀਜ਼ ਨੂੰ ਤੁਸੀਂ ਰਿਮੂਵ ਕਰ ਦਿੰਦੇ ਹੋ ਔਰ ਜਿਹੜਾ ਫਰੈਸ਼ ਜਿਹੜਾ ਬਲੀਡਿੰਗ ਪਾਰਟ ਹੁੰਦਾ ਹੈ ਫੋਨ ਦਾ ਉਹਨਾਂ ਨੂੰ ਫਿਰ ਤੁਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹੋ ਉਹ ਹੈ ਜਿਹੜਾ ਫਰੇਮ ਹੈ ਰਸ਼ੀਨ ਫਰੇਮ ਜਿਹੜਾ ਹੁੰਦਾ ਜਿਹਨੂੰ ਇਲੈਜ਼ਰੋ ਫਰੇਮ ਕਹਿੰਦੇ ਆ ਸੀ ਅਪਰੇਟਸ ਉਹਦੇ ਨਾਲ ਉਹਨੂੰ ਜੋੜਿਆ ਜਾਂਦਾ ਔਰ ਉਹਦੇ ਵਿੱਚ ਕਾਫੀ ਦੇਰ ਤੱਕ ਉਹਨਾਂ ਨੂੰ ਦਬਕੇ ਰੱਖਿਆ ਜਾਂਦਾ ਅਗਰ ਤੇ ਵਿੱਚ ਗੈਪ ਹੈ ਤੇ ਬੋਨ ਨੂੰ ਉਹਨੇ ਨਵਾਂ ਨਵੀਂ ਬੋਨ ਬਣਾ ਕੇ ਉਹਨੂੰ ਕਵਰ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਬਿਊਟੀ ਇਹੋ ਹੀ ਹੈ ਕਿ ਇਸ ਦੌਰਾਨ ਜਦੋਂ ਇਹ ਚੱਲ ਰਿਹਾ ਹੈ ਫਰੇਮ ਦੇ ਨਾਲ ਬੰਦਾ ਚੱਲ ਫਿਰ ਸਕਦਾ ਹੈ ਔਰ ਅਨਕਰੇਜ ਕਰੀਦਾ ਕਿ ਇਹਦੇ ਉੱਤੇ ਚੱਲੇ ਕਿਉਂਕਿ ਜਿੰਨਾ ਚੱਲੇਗਾ ਉਹਨੇ ਅچھے ਰਿਜ਼ਲਟਸ ਆਣਗੇ ਇਹਦੇ ਵਿੱਚ ਸੋ ਕਦੀ ਕਦੀ ਤੇ ਇੱਥੋਂ ਤੱਕ ਹੁੰਦਾ ਕਿ ਚਈ ਇੱਕ ਵਾਰੀ ਇੱਕ ਪੇਸ਼ੈਂਟ ਸੀਗਾ ਜਿਹੜਾ ਕਿ ਬਾਰਬਰ ਸੀਗਾ ਨਾਈ ਸੀਗਾ ਪ੍ਰੋਫੈਸ਼ਨਲ ਵੱਲੋਂ ਔਰ ਕਲਾਇਕਰ ਰਕਮਾਂਦਾ ਸੀਗਾ ਉਹਦੇ ਨਾਰਮਲ ਸਰਟ ਲੱਗੀ ਸੀ ਪਰ ਉਹ ਕਹਿੰਦਾ ਜੀ ਮੈਂ ਇਲਾਜ ਨਹੀਂ ਕਰਾ ਸਕਦਾ ਤੇ ਮੈਨੂੰ ਮੈਂ ਜਾ ਕੇ ਦੁਬਾਰਾ ਕੰਮ ਕਰਨਾ ਨਹੀਂ ਤੇ ਮੇਰੇ ਪਰਿਵਾਰ ਖਾ ਨਹੀਂ ਪਾਏਗਾ ਜੀ ਉਹਦੇ ਵਿੱਚ ਵੀ ਇਵਨ ਫਰੈਸ਼ ਕੇਸ ਦੇ ਵਿੱਚ ਵੀ ਅਸੀਂ ਇਲਜ਼ਰੋ ਫਰੇਮ ਲਗਾਇਆ ਸੀਗਾ ਬਿਨਾ ਚੀਰ ਫਾੜ ਤੋਂ ਕੀਤਾ ਸੀਗਾ ਉਹਦਾ ਔਰ ਉਹਦੇ ਵਿੱਚ ਦੂਜੇ ਦਿਨੀ ਉਹਨੂੰ ਤੋੜਨਾ ਸ਼ੁਰੂ ਕਰਤਾ ਸੀ ਬੰਦਾ ਆਪਣੇ ਕੰਮ ਤੇ ਜਾਂਦਾ ਰਿਹਾ ਕੰਮ ਕਰਦਾ ਰਿਹਾ ਹੱਡੀ ਆਪਣੇ ਆਪ ਜੁੜਦੀ ਰਹੀ ਹੈ ਓਕੇ 2 3 ਮਹੀਨੇ ਬਾਅਦ ਉਹਦੀ ਹੱਡੀ ਵੀ ਜੁੜ ਜੀ ਉਹ ਫਰੇਮਾਈ ਕੱਢ ਦਿੱਤਾ ਉਹਨੂੰ। ਮੈਨੂੰ ਇਸ ਇਹ ਦੇਖੋ ਸੜਲੇ ਵੀ ਨਵੀਂ ਚੀਜ਼ ਹੈ ਕਿ ਹੱਡੀ ਤੁਸੀਂ ਲੰਬੀ ਕਰੇ। ਏਸ਼ਨ ਦੀ ਇਕਨੋਮੀ ਇਕਨੋਮੀ ਵੀ ਦੇਖੋ ਉਹ ਕਿ ਉਹ ਉਹ ਦੇਖਣਾ ਕਿ ਵਿਚਾਰਾ ਆਪਣਾ ਜਿਹੜਾ ਕਮਾਈ ਦੇ ਸਾਧਨ ਆ ਉਹ ਵੀ ਨਾ ਉਹਦੇ ਅਸਲ ਡਾਕਟਰ ਸਾਹਿਬ ਇੱਕ ਤਾਂ ਇਹ ਹੋ ਗਿਆ ਜੀ ਇੱਕ ਡੀਫਾਰਮਿਟੀ ਹੁੰਦੀਆਂ ਜਨਮ ਤੋਂ ਜਮਾਂਦਰੂ ਡੀਫਾਰਮਿਟੀਆਂ ਹੁੰਦੀਆਂ ਤੇ ਕੀ ਇਹ ਟੈਕਨੀਕ ਜਿਹੜੀ ਹੈ ਇਹ ਉਹਦੇ ਚ ਵੀ ਕਾਰਗਰ ਹੈ? ਬਿਲਕੁਲ ਇਨਫੈਕਟ ਹੈ ਬਹੁਤ ਹੀ ਕਾਮਯਾਬ ਹੈ ਉਹਦੇ ਵਿੱਚ ਡਿਫਾਰਮਿਟੀਆਂ ਦੇ ਲਈ ਜਿਹੜਾ ਜੋ ਟੈਕਨੀਕ ਆ ਕਾਫੀ ਡਿਵੈਲਪ ਹੋ ਚੁੱਕੀ ਹੈ ਕੰਪਿਊਟਰ ਅਸਿਸਟਡ ਵੀ ਹੈ ਸੋ ਉਹਦੇ ਵਿੱਚ ਜਿਹੜੇ ਦੇਖੋ ਡਿਫਾਰਮਿਟੀ ਕੀ ਹੈ ਕਿ ਅਲਾਈਨਮੈਂਟ ਨਹੀਂ ਹੈ ਬਿਲਕੁਲ ਠੀਕ ਹੈ ਅਸੀਂ ਪਹਿਲਾਂ ਵੀ ਗੱਲ ਕਰਕੇ ਫਟਿਆ ਕਿ ਅਸੀਂ ਅਲਾਈਨ ਕਰਨਾ ਉਸ ਦੀ ਜੀ 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 ਸੋ ਅਲਾਈਨਮੈਂਟ ਜਿਹੜੀ ਹੈ ਅਸੀਂ ਐਂਗਲਸ ਕਰੈਕਟ ਕਰਨੇ ਨੇ ਉਹਦੇ ਉਹ ਐਂਗਲਸ ਤੁਸੀਂ ਕੰਪਿਊਟਰ ਦੀ ਹੈਲਪ ਨਾਲ ਕਰ ਲਓ ਐਸਾ ਟੈਕਨੀਕ ਨਾਲ ਜਾਂ ਵਿਦਆਊਟ ਕੰਪਿਊਟਰ ਕਰ ਉਹ ਐਸਾ ਟੈਕਨੀਕ ਪਰ ਇਹ ਇੱਕ ਬਹੁਤ ਹੀ اچھی ਟੈਕਨੀਕ ਹੈ ਜਿਹਦੇ ਵਿੱਚ ਜਿਹਦੇ ਵਿੱਚ ਕੀ ਹੈ ਜਿਹੜੇ ਜਮਾਂਦਰੂ ਡਿਫਾਰਮिटीज ਨੇ ਉਹਨਾਂ ਨੂੰ ਕਰੈਕਟ ਕੀਤਾ ਜਾ ਸਕਦਾ ਹੈ ਔਰ ਇਹਦੇ ਵਿੱਚ ਸਿਰਫ ਇਹੋ ਡਿਫਾਰਮਿਟੀ ਨਹੀਂ ਕਿ ਅੰਗ ਟੇਡਾ ਹੀ ਹੈ ਹਮ ਇਨਫੈਕਟ ਕਈ ਐਸੇ ਬੱਚੇ ਪੈਦਾ ਹੁੰਦੇ ਨੇ ਜਿਹੜੇ ਜਿਹਨਾਂ ਦਾ ਕੱਦ ਛੋਟਾ ਰਹਿ ਜਾਂਦਾ ਓਕੇ ਹਾਈਟ ਨਹੀਂ ਵੱਧਦੀ ਉਹਨਾਂ ਦੀ ਹਾਈਟ ਨਹੀਂ ਵੱਧਦੀ ਉਹਨਾਂ ਦੀ ਹਾਂਜੀ ਔਰ ਉਹ ਬੱਚੇ ਕਿਉਂਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਬਾਅਦ ਵਿੱਚ ਕਿਉਂਕਿ ਸਾਰੇ ਉਹਨਾਂ ਨੂੰ ऐसे चीज दते छेड़दे भी नहीं है और उन्हें भी लगता है कि बाकी नॉर्मल ने मैं अब नॉर्मल हूं सो ओदे so, विच ओना दी हाइट तक बढ़ाई जा सकती है डॉक्टर कितनी हाइट बढ़ाई जा सकती है वो हाइट पे ਤੁਸੀਂ ਜਿੰਨੀ ਮਰਜ਼ੀ ਵਧਾ ਲਓ ਪਰ ਇਹਦੇ ਵਿੱਚ ਇਹੋ ਹੀ ਦੇਖਣਾ ਹੁੰਦਾ ਕਿ ਬੰਦੇ ਦੀ ਕੰਸਟੀਟਿਊਸ਼ਨ ਕਿਸੀ ਹੈ ਸੋ ਉਸੇ ਹਿਸਾਬ ਦੇ ਨਾਲ ਜਿੰਨਾ ਕਿ ਉਹਦਾ ਧਾੜਾ ਹੈ ਜਿੰਨਾ ਫੇਸ ਹੈ ਉਸੇ ਹਿਸਾਬ ਨਾਲ ਇੰਨੀ ਕਾ ਹਾਈਟ ਵਧਾਈ ਦੀ ਹੈ ਕਿ ਉਹ ਬੁਰਾ ਵੀ ਨਾ ਲੱਗੇ ਔਰ ਔਰ ਹਾਈਟ ਟੂ ਮਤਲਬ ਅਕੋਰਡਿੰਗ ਟੂ ਤੁਸੀਂ ਉਹਦੇ ਬਾਡੀ ਸਾਈਜ਼ ਜੀ ਉਹਦੀ ਹਾਈਟ ਵਧਾਉਂਦੇ ਹੋ ਇਹ ਨਹੀਂ ਵੀ ਉਪਰੋਂ ਥੜਾ ਛੋਟਾ ਤੇ ਲੱਤਾਂ ਉਹ ਲੰਬੀਆਂ ਕਰ ਲਿਓ ਉਹ ਬਿਲਕੁਲ ਹੀ ਅਜੀਬ ਜਿਹਾ ਲੱਗੇਗਾ ਨਾ ਉਸ ਚੀਜ਼ ਅੱਛਾ ਡਾਕਟਰ ਤੇ ਪੇਸ਼ੈਂਟ ਨੂੰ ਜਿਹੜੀ ਜਮੰਦਰੂ ਜਿਹੜੀਆਂ ਡਿਫਾਰਮिटीज ਹੁੰਦੀਆਂ ਤੇ ਪੇਸ਼ੈਂਟ ਨੂੰ ਕਿੰਨੀ ਦੇਰ ਪਹਿਲੇ ਮਤਲਬ ਆ ਜਾਣਾ ਚਾਹੀਦਾ ਕਿਸੇ ਐਕਸਪਰਟ ਕੋਲ ਡਿਫਾਰਮिटीज ਜਿਹੜੀਆਂ ਨੇ ਜਿਹੜੀਆਂ ਜਮੰਦਰੂ ਡਿਫਾਰਮिटीज ਨੇ ਉਹ ਤੇ ਜਦੋਂ ਵੀ ਤੁਸੀਂ ਨੋਟਿਸ ਕੀਤਾ ਜਵੇਂ ਜੰਮਦੇ ਹੀ ਨੋਟਿਸ ਕੀਤਾ ਤੇ ਉਸੇ ਵੇਲੇ ਐਕਸਪਰਟ ਨੂੰ ਮਿਲਣਾ ਚਾਹੀਦਾ ਕਿਉਂਕਿ ਕਈ ਡਿਫਾਰਮिटीज ਐਸੀਆਂ ਨੇ ਜਿਦੇ ਵਿੱਚ ਕੋਈ ਟੈਕਨੀਕਸ ਦੀ ਜ਼ਰੂਰਤ ਨਹੀਂ ਆ ਜੇ ਉਹ ਸਿੰਪਲ ਪ੍ਰੋਸੀਜਰਸ ਨੇ ਜਿਵੇਂ ਕਾਸਟ ਆ ਜਾਂ ਕਈ ਛੋਟੇ ਪ੍ਰੋਸੀਜਰਸ ਨੇ ਜਿਨ੍ਹਾਂ ਨਾਲ ਉਹ ਠੀਕ ਕੀਤੀਆਂ ਜਾ ਸਕਦੀਆਂ ਨੇ ਅਗਰ ਉਹ ਕਾਮਯਾਬ ਨਹੀਂ ਹੁੰਦੀਆਂ ਜਿੰਝਾ ਫਿਰ ਆਂਦੇ ਨੇ ਦੂਸਰੀਆਂ ਟੈਕਨੀਕਸ ਉਹ ਫਰੀਮਸ ਆ ਜਾਂਦੇ ਨੇ ਰੈਸ਼ਨ ਟੈਕਨੀਕਸ ਆ ਜਾਂਦੀਆਂ ਨੇ ਉਹ ਮਤਲਬ ਜਿੰਨੀ ਜਲਦੀ ਪੇਸ਼ੈਂਟ ਤੁਹਾਡੇ ਆ ਜੇ ਤੇ ਉਹਨਾਂ ਉਹਦੇ ਚ ਉਹਨੂੰ ਐਡਵਾਂਟੇਜ ਆ ਪੇਸ਼ੈਂਟ ਨੂੰ ਠੀਕ ਹੋਏਗਾ ਤੇ ਉਹ 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 ਕੀ ਕੀ ਤੁਸੀਂ ਟੈਕਨਿਕ ਅਪਲਾਈ ਕਰਨੀ ਹੈ ਤੁਸੀਂ ਉਹ ਉਹਨਾਂ ਨੂੰ ਦੱਸੋ ਹੀ ਪਾਓ ਨਹੀਂ ਨਹੀਂ ਐਕਸਪਲੇਨ ਵੀ ਕਰ ਦਿੱਤਾ ਜਾਂਦਾ ਤਾਂ ਕਿ ਉਹ ਅ ਅਵੇਅਰਨੈਸ ਬੜੀ ਇੰਪੋਰਟੈਂਟ ਹੁੰਦੀ ਹੈ ਸਿਰਫ ਐਨਕੀ ਉਹਦੇ ਵਿੱਚ ਹੀ ਇਨਫੈਕਟ ਉਹਦੇ ਮਹੱਲੇ ਦੇ ਵਿੱਚ ਕੋਈ ਜਾਣ ਪਛਾਣ ਦੇ ਵਿੱਚ ਅਗਰ ਕੋਈ ਚੀਜ਼ ਹੈ ਕਿ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜਿੰਨੀ ਜਲਦੀ ਤੁਸੀਂ ਇਹ ਚੀਜ਼ਾਂ ਜੜੀਆਂ ਨੇ ਡਿਫਾਰਮिटीज ਕਰੈਕਟ ਕਰੋਗੇ ਉਨਾਂ ਹੀ ਅچھے ਰਿਜ਼ਲਟ ਆਉਣਗੇ ਉਨਾਂ ਜਿੰਨੇ ਅچھے ਰਿਜ਼ਲਟ ਆਉਣਗੇ ਉਨਹੀਂ ਸਾਡੀ ਕੌਮ ਜੜੀ ਆ ਉਹ ਠੀਕਾ ਠਾਕ ਹੋਏਗੀ ਤੇ ਡਿਫਾਰਮिटीज ਨਾਲ ਕੌਮ ਤੇ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕੀ ਹੈ ਤੇ ਡਾਕਟਰ ਸਾਹਿਬ 27 ਸਾਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਤੁਹਾਨੂੰ ਜਿਹੜਾ ਯਾਦ ਹੋਏਗੇ ਮੈਂ ਇਹ ਵਾਲਾ ਕੇਸ ਮੇਰਾ ਕਹਿੰਦੇ ਨੇ ਵੀ ਯਾਦ ਹੁੰਦੀ ਕੋਈ ਇਹ ਕੇਸ ਬੜਾ ਟਫ ਸੀਗਾ ਤੇ ਮੈਂ ਕੀਤਾ ਆ ਕਾਫੀ ਐਸੇ ਕੇਸਿਸ ਨਹੀਂ ਹੁੰਦੇ ਕਿਉਂਕਿ ਜੇ 4000 ਤੋਂ ਉੱਤੇ ਕੇਸ ਨੇ ਪਰ ਇੱਕ ਕੇਸ ਜਿਹੜਾ ਮੈਂ ਕਦੀ ਭੁੱਲਦਾ ਨਹੀਂ ਉਹ ਹੈ ਕਿ ਪੇਸ਼ੈਂਟ ਜਿਹੜਾ ਇੱਕ ਪੀ ਡਬਲਯੂ ਡੀ ਦੇ ਵਿੱਚ ਕੰਮ ਕਰਦਾ ਸੀਗਾ ਔਰ ਜਦੋਂ ਉਹਨੂੰ ਜੌਬ ਮਿਲਿਆ ਉਸ ਤੋਂ ਥੋੜੀ ਦੇਰ ਬਾਅਦ ਉਹਦੀ ਇੰਜਰੀ ਹੋ ਗਈ ਔਰ ਇੰਜਰੀ ਤੋਂ ਬਾਅਦ ਉਹ ਅਦਰ ਤੁਸੀਂ ਲਗਾਓ ਕਿ 19 ਤੋਂ ਵੱਧ ਉਹਦੇ ਆਪਰੇਸ਼ਨ ਹੋਏ ਨੇ ਵਾਈ ਅਲੱਗ ਅਲੱਗ ਹਸਪੀਟਲਸ ਦੇ ਵਿੱਚ ਤੁਸੀਂ ਯੂ ਸਟਾਰਟ ਫਰੋਮ ਨਾਰਥ ਤੋਂ ਲਾ ਲਓ ਤੇ ਮਦਦ ਕਿਤੇ ਵੀ ਚਲੋ ਉੱਤ ਤੱਕ ਜਾ ਕੇ ਆਪਰੇਟ ਕਰਵਾਇਆ ਨੂੰ ਮਲਟੀਪਲ ਸਰਜਰੀਜ਼ ਅਲੱਗ-ਅਲੱਗ ਟੈਕਨੀਕਸ ਸਭ ਕੁਝ ਹੋਇਆ ਉਹਦੇ ਵਿੱਚ ਔਰ ਉਹ ਪੇਸ਼ੈਂਟ ਨੋਨ ਯੂਨੀਅਨ ਸੀਗੀ ਹੱਡੀ ਨਹੀਂ ਸੀ ਜੋੜਦੀ ਪਈ 35 ਸਾਲਾਂ ਤੋਂ ਵਾਹ ਗਾੜ 35 ਸਾਲ ਬੰਦਾ ਮਤਲਬ ਉਹ ਹੀ ਵਾਸ ਇਨ ਡਿਪਰੈਸ਼ਨ ਉਹਦੇ ਰਿਲੇਟਿਵਸ ਨੇ ਜੋ ਵੀ ਪਤਾ ਕੀਤਾ ਇੱਕ ਵਾਰੀ ਦੂਰਦਰਸ਼ਨ ਦੇ ਵਿੱਚ ਇੱਕ ਇੰਟਰਵਿਊ ਆਈ ਸੀਗੀ ਮੇਰੀ ਉਦੋਂ ਉਸ ਵੇਲੇ ਉਥੋਂ ਦੇਖ ਕੇ ਉਹ ਇੱਕ ਵਰੀਆਏ ਸਾਡੇ ਕੋਲ ਉੱਥੇ ਔਰ ਫਿਰ ਉਹਨਾਂ ਨੂੰ ਅ ਅਸੀਂ ਮੈਂ ਐਕਸਪਲੇਨ ਕੀਤਾ ਕਿ ਕੀ ਚੀਜ਼ੇ ਚ ਕਰਨੀ ਹੈ ਕੋਈ ਗਰੰਟੀਆਂ ਨਹੀਂ ਹੈ ਪਰ ਵੀ ਮੰਨ ਲਾ ਹੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਤੁਹਾਡਾ ਜਿਹੜੀ ਪ੍ਰੋਬਲਮ ਹੈ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਆਪਰੇਸ਼ਨ ਆਰਾਊਂਡ 8 ਕਿ ਘੰਟੇ ਦਾ ਆਪਰੇਸ਼ਨ ਸੀਗਾ ਸਿੰਗਲ ਸਟੇਜ ਸਰਜਰੀ ਕੀਤੀ ਸੀ ਅਸੀਂ ਔਰ ਉਹ ਬੰਦਾ ਜਿਹੜਾ 7 ਮਤਲਬ ਆਪਰੇਸ਼ਨ ਤੋਂ 7 ਮਹੀਨੇ ਬਾਅਦ ਸਾਰੀਆਂ ਹੱਡੀਆਂ ਉਹਦੀ ਜੁੜ ਗਈਆਂ ਸੀਗੀਆਂ ਲੱਤ ਵੀ ਲੰਬੀ ਕਰ ਦਿੱਤੀ ਸੀਗੀ ਡਿਫਾਰਮਿਟੀ ਵੀ ਕਰੈਕਟ ਕਰ ਦਿੱਤੀ ਸੀਗੀ ਔਰ ਤੁਸੀਂ ਇਮੇਜਿਨ ਕਰੋ ਕਿ ਉਹ ਜਦੋਂ ਉਹਦੀ ਹੱਡੀ ਜੁੜੀ ਹੈ ਉਹਦੇ ਮੈਂ ਉਹਦੇ ਫੇਸ ਨੂੰ ਦੇਖ ਰਿਹਾ ਸੀਗਾ ਔਰ ਸਭ ਤੋਂ ਇੰਟਰਸਟਿੰਗ ਗੱਲ ਕੀ ਹੈ ਕਿ ਕੁਝ ਦਿਨ ਬਾਅਦ ਹੀ ਉਹ ਰਿਟਾਇਰਮੈਂਟ ਤੇ ਚਲਾ ਗਿਆ ਸੀ ਮਤਲਬ ਪੂਰਾ ਜੌਬ ਦਾ ਟਾਈਮ ਉਨੇ ਪੂਰਾ ਜੀਵਨ ਉਹਨੇ ਇੱਕ ਪਹਾੜ ਦੀ ਜ਼ਿੰਦਗੀ ਜੀਤੀ ਤੇ ਰਿਟਾਇਰਮੈਂਟ ਲਾਈਫ ਤੇ ਤੁਸੀਂ ਉਹਨੂੰ ਠੀਕ ਕਰ ਦਿੱਤਾ ਬਿਲਕੁਲ ਠੀਕ ਹੋਇਆ ਤੇ ਡਾਕਟਰ ਤੁਸੀਂ ਕੁਝ ਹੋਰ ਦੱਸਣਾ ਚਾਹੋ ਦੇਖੋ ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦਾ ਕਿ ਜੜੀਆਂ ਜੋੜੀ ਟੈਕਨੀਕ ਹੈ ਇਹ ਟੈਕਨੀਕ ਜਿਹੜੀ ਹੈ ਇਹਨੂੰ ਇਸ ਏਰੀਆ ਦੇ ਵਿੱਚ ਕਾਫੀ ਡਿਵੈਲਪ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਉਹਨਾਂ ਕੇਸਿਸ ਦੇ ਵਿੱਚ ਹੀ ਨਹੀਂ ਜਿਹੜੇ ਕਿ ਵਿੰਗੇ ਨੇ ਜਾਂ ਹਡੀਆਂ ਜੋੜ ਨਹੀਂ ਰਹੀਆਂ ਇਨਫੈਕਟ ਇਹਦੇ کئی ਐਸੇ ਬਹੁਤ ਐਸੀ ਚੀਜ਼ਾਂ ਨੇ ਜਿਹਦੇ ਵਿੱਚ ਯੂਜ਼ ਹੋ ਸਕਦੀ ਹੈ ਲਾਈਕ ਜਿਹਦੇ ਵਿੱਚ ਕੀ ਜੋੜ ਟਡੇ ਹੋ ਗਏ ਨੇ ਜਾਂ ਜੋੜ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਗਏ ਨੇ ਇਨਫੈਕਟ ਇਹ ਟੈਕਨੀਕ ਉਹਦੇ ਵਿੱਚ ਵੀ ਕੰਮ ਆਂਦੀ ਜਿਹੜੇ ਜ਼ਖਮ ਨਹੀਂ પડਦੇ ਪਏ ਕਦੀ ਕਦੀ ਔਰ ਉਹਨਾਂ ਦੇ ਵਿੱਚ ਖੂਨ ਦਾ ਦੌਰਾ ਬਦਾਨ ਦੇ ਲਈ ਇਹ ਟੈਕਨੀਕਸ ਜਿਹੜੀਆਂ ਕੀਤੀ ਜਾਂਦੀਆਂ ਨੇ ਔਰ ਇੱਥੇ ਹਸਪੀਟਲ ਦੇ ਵਿੱਚ ਅਸੀਂ ਇੱਕ ਪੂਰੀ ਡਿਪਾਰਟਮੈਂਟ ਹੈ ਜਿਹਦੇ ਵਿੱਚ ਆਰਥੋਪੈਡਿਕ ਸਰਜਨਸ ਨੇ ਤਿੰਨ ਆਰਥੋਪੈਡਿਕ ਸਰਜਨਸ ਨੇ ਜੜੇ ਕਿ ਕੋਆਰਡੀਨੇਟ ਕਰਨਗੇ ਪੂਰੀ ਟਰਾਮਾ ਦੇ ਵਿੱਚ ਜੋਇੰਟ ਪਲੇਸਮੈਂਟ ਦੇ ਵਿੱਚ ਔਰ ਜੜੀਆਂ ਰਸ਼ੀਅਨ ਟੈਕਨੀਕਸ ਨੇ ਔਰ ਇਦਾਂ ਨੂੰ ਅਸੀਂ ਇੱਕ ਐਸੀ ਇੰਸਟੀਚਿਊਨ ਇੱਥੇ ਕ੍ਰੀਏਟ ਕਰਨਾ ਚਾਹੁੰਦੇ ਆ ਜੜੀ ਕਿ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨਵੇਂ ਸਰਜਨਸ ਆਉਂਦੇ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਸਕੀਏ ਤਾਂ ਉਹ ਹੀ ਮੇਰਾ ਸਵਾਲ ਹੈ ਡਾਕਟਰ ਸਾਹਿਬ ਤੁਸੀਂ ਆਪ ਤਾਂ ਦੇਖੋ ਪਿਛਲੇ 27 ਸਾਲਾਂ ਤੋਂ ਤੁਸੀਂ ਕੀਆ ਤੁਸੀਂ ਨਵੇਂ ਆਰਥੋਪੈਡਿਕ ਸਰਜਨ ਜਿਹੜੇ ਆ ਰਹੇ ਉਹਨਾਂ ਨੂੰ ਵੀ ਟ੍ਰੇਨ ਕਰ ਰਹੇ ਹਾਂ ਇਸ ਟੈਕਨੀਕ ਮੈਂ ਚਾਹਨਾ ਕੀ ਟੈਕਨੀਕ ਜੜੀ ਹੈ ਯੂਸਫੁਲ ਹੋਏ ਔਰ ਕਾਫੀ ਆਰਥੋਪੈਡਿਕ ਸਰਜਨਸ ਨੇ ਜਿਹੜੇ ਮੇਰੇ ਕੋਲ ਟ੍ਰੇਨ ਹੋ ਕੇ ਵੀ ਗਏ ਨੇ ਪਰ ਮੈਂ ਇੱਕ ਚਾਹਨਾ ਕੀ ਇੱਕ ਇੱਕ ਇੰਸਟੀਚੂਨ ਐਸੀ ਕ੍ਰੀਏਟ ਹੋਏ ਜਿੱਥੇ ਇਹ ਟੈਕਨੀਕਸ ਜੜੀਆਂ ਨੇ ਉਹ ਬਾਹਰੋਂ ਵੀ ਲੋਕ ਆਣ ਮੇਰੇ ਕੋਲ ਬਾਹਰੋਂ ਆਂਦੇ ਨੇ ਉਜ਼ਬੇਕਿਸਤਾਨ ਤੋਂ ਕਾਫੀ ਪੇਸ਼ੈਂਟ ਆਂਦਾ ਮੇਰੇ ਕੋਲ ਇਟਲੀ ਵਾਰਾ ਦੇ ਵੀ ਪੇਸ਼ੈਂਟਸ ਅਸੀਂ ਟਰੀਟ ਕੀਤੇ ਨੇ ਇੱਥੇ ਪਰ ਅ ਮੈਚਾਨਾ ਕਿ ਇੱਕ ਐਸੀ ਇੰਸਟੀਚਿਊਸ਼ਨ ਅੰਮ੍ਰਿਤਸਰ ਦੇ ਵਿੱਚ ਐਤਿਆਰ ਹੋਏ ਜੜੀ ਕਿ ਅੰਮ੍ਰਿਤਸਰ ਵੈਸੇ ਵੀ ਮਕਾਫ ਆਰਥੋਪੈਡਿਕਸ ਮੰਨਿਆ ਜਾਂਦਾ ਹੈ ਪਰ ਐਸ ਟੈਕਨੀਕ ਦੇ ਲਈ ਨਹੀਂ ਪਰ ਇਹ ਚਾਨ ਹੈ ਕਿ ਐਬਲੀ ਟੈਕਨੀਕ ਐਸੀ ਹੋਏ ਜਿੱਥੇ ਪੂਰੇ ਇੰਡੀਆ ਦੇ ਸਰਜਨਸ ਆ ਕੇ ਟ੍ਰੇਨਿੰਗ ਲਿਆਨਾਂ ਬਾਹਰੋਂ ਵੀ ਲੋਕੀ ਆਨ ਔਰ ਦੇਸ਼ ਨੂੰ ਵੀ ਕੁਝ ਫਾਇਦਾ ਫਾਇਦਾ ਹੋਵੇ। ਧੰਨਵਾਦ ਮੇਰੇ ਸਾਥ ਬਾਤ ਕਰਨੇ ਲਈ ਇਹ ਤੇ ਡਾਕਟਰ ਅਜੇ ਅਬਰੋਲ ਆਰਥੋਪੈਡਿਕ ਸਰਜਨ ਹੈ ਇਹਨਾਂ ਨੇ ਬਤਾਇਆ ਕਿ ਕਿਸ ਤਰ੍ਹਾਂ ਦੇ ਕਿ ਅੱਜ ਸਾਡੇ ਲਈ ਵੀ ਇਹ ਨਵੀਂ ਬਾਤ ਹੈ। कि किस तरह हड्डी को किसी की बोन अगर छोटी है तो उसको लंबा कर दिया जाता है और भी डिफार्मेलिटीज़ जब जमांदरू जो जिन्हें बच्चों में या डीफॉर्मेलिटीज़ होती हैं उन्हें भी ठीक किया जाता था जिन जिनके मल्टीपल ऑपरेशन हो चुके हैं उनके जोड़ नहीं जुड़ते और उनके लिए भी ये जो रशियन टेक्निक है काफ़ी कारागार है हम हम ये हमारे लिए सौभाग्य की बात है ये अमृतसर में अब भी ये शुरू इन्होंने किया है ये ईएमसी हॉस्पिटल में ये अपनी सेवाएं दे रहे हैं और एक अलग डिपार्टमेंट उन्होंने शुरू किया है नए युवाओं को भी ये ट्रेन करेंगे डॉक्टर साहब आपका हमारे कार्यक्रम में आने के लिए आपका बहुत बहुत धन्यवाद थैंक यू थैंक यू सो मच